ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਦੀ ਚੈਨਲ ਅਤੇ ਮੈਂ ਤੁਹਾਡਾ ਆਪਣਾ ਦੋਸਤ ਜਗਰਾਜ ਗਿੱਲ। ਜਿਸ ਤਰ੍ਹਾਂ ਕਿ ਅਸੀਂ ਅੱਜ ਦਿਨ ਸ਼ੋਅ ਦੇ ਵਿੱਚ ਖਬਰਾਂ 'ਤੇ ਚਰਚਾ ਕਰਦੇ ਹਾਂ, ਅੱਜ ਵੀ ਖਬਰਾਂ 'ਤੇ ਚਰਚਾ ਕਰਨ ਦੇ ਮੁੱਦੇ ਨੂੰ ਲੈ ਕੇ ਅਸੀਂ ਤੁਹਾਡੇ ਨਾਲ ਰੂਬਰੂ ਹੋਏ ਹਾਂ। ਤਾਂ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਮਨਪ੍ਰੀਤ ਸਿੰਘ ਜੀ, ਤੁਹਾਡਾ ਹਾਰਦਿਕ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ। ਮਨਪ੍ਰੀਤ ਸਿੰਘ ਜੀ, ਜਿਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜਾ ਗਲਵਾਨ ਘਾਟੀ ਦੇ ਵਿੱਚ ਖੂਨੀ ਝੜਪ ਹੋਈ ਹੈ ਭਾਰਤ ਅਤੇ ਚੀਨ ਦੀ, ਉਹਦੇ ਵਿੱਚ 20 ਜਵਾਨ ਅਤੇ 4 ਜਵਾਨ ਜਿਹੜੇ ਪੰਜਾਬ ਦੇ ਸ਼ਹੀਦ ਹੋਏ ਆ, ਉਹਨਾਂ ਨੂੰ ਅਸੀਂ ਹਾਂਜੀ ਬਹੁਤ ਅਫਸੋਸ ਕਰਦੇ ਹਾਂ। ਜਿਹੜਾ ਇਹ ਬਹੁਤ ਮਾੜਾ ਹੋਇਆ, ਉੱਥੇ 4 ਜਿਹੜੇ ਆਪਣੇ ਪੰਜਾਬ ਦੇ ਜਵਾਨ ਸ਼ਹੀਦ ਵੀ ਹੋ ਗਏ ਨੇ। ਇਹ ਬਹੁਤ ਮਾੜਾ ਕੰਮ ਹੋਇਆ ਜੀ। ਇਹ ਪਹਿਲਾਂ ਵੀ ਕਈ ਵਾਰ ਇਹੋ ਜਿਹੀਆਂ ਝੜਪਾਂ ਹੁੰਦੀਆਂ ਰਹਿੰਦੀਆਂ ਜੀ। ਇਹ ਜਿਹੜੀ ਝੜਪ ਸੀ ਕਾਫੀ ਜ਼ਿਆਦਾ ਖਤਰਨਾਕ ਰੂਪ ਹੈ ਜੀ ਲੈ ਗਈ। ਇਹ 'ਚ ਇਹ ਵੀ ਦੱਸਿਆ ਜਾਂਦਾ ਕਿ ਉਹਦੇ ਵਿੱਚ ਇਹ ਨਾ ਇੱਕ ਜਿੱਥੇ ਝੜਪ ਹੋਈ ਹੈ ਇੱਕ ਪਾਸੇ ਤਾਂ ਪਹਾੜੀ ਹੈ, ਦੂਜੇ ਪਾਸੇ ਨਦੀ ਆ ਜੀ। ਕੁਝ ਜਵਾਨ ਨਦੀ 'ਚ ਵੀ ਗਿਰ ਗਏ ਸੀਗੇ, ਪਰ ਅੱਜ ਸੁਬਹਾ ਸੁਬਹਾ ਜਿਹੜਾ ਆਪਣਾ ਰੱਖਿਆ ਮੰਤਰਾਲਾ ਉਹਨਾਂ ਨੇ ਕਹਿਤਾ ਕਿ ਨਹੀਂ ਹੁਣ ਕੋਈ ਵੀ ਨਹੀਂ ਹੈਗਾ, ਅਸੀਂ ਸਾਰੇ ਲੱਭ ਗਏ ਸੀ, ਕੋਈ ਵੀ ਬੰਦਾ ਲਾਪਤਾ ਨਹੀਂ ਹੈਗਾ। 75 ਇਹਦੇ ਵਿੱਚ ਹਜੇ ਤੱਕ ਜ਼ਖਮੀ ਨੇ ਫੌਜੀ, ਜਿਹੜੇ ਜਲਦੀ ਠੀਕ ਹੋ ਕੇ ਵਾਪਸ ਆਪਦੇ ਕੰਮਾਂ 'ਤੇ ਜਾਣਗੇ ਜੀ। ਜੀ 20 ਫੌਜੀਆਂ ਦੀ ਸ਼ਹੀਦੀ ਹੋਈ ਹੈ ਜੀ ਜੀ ਉਸ ਦਿਨ ਜੀ। ਹੋਈ ਕਾਹਦੀ, ਉੱਥੇ ਕੋਈ ਹਥਿਆਰ ਤਾਂ ਲੈ ਕੇ ਨਹੀਂ ਜਾਂਦੇ ਗੇ ਜੀ। ਪਹਿਲਾਂ 1964 ਵਿੱਚ ਇਹ ਹੋਈ ਸੰਧੀ ਹੋਈ ਸੀਗੀ, ਸੰਧੀ ਹੋਈ ਸੀ ਕਿ ਸਰਹੱਦ ਦੇ ਉੱਤੇ ਜਿਹੜਾ ਨਾ ਚੀਨ ਅਤੇ ਨਾ ਆਪਣਾ ਭਾਰਤ ਜਿਹੜਾ ਹੁੰਦਾ ਕੀ ਹੈ ਇੱਥੇ, ਕਿ ਹੋਇਆ ਕੀ ਹੈ ਕਿ ਉੱਥੇ ਕੋਈ ਹਥਿਆਰ ਲੈ ਕੇ ਨਹੀਂ ਜਾਏਗੇ ਜੀ। ਉੱਥੇ ਜੋ ਇੱਟਾਂ ਰੋਰੇ ਪਏ ਹੁੰਦੇ ਆ, ਜੋ ਵੀ ਕਹਿੰਦੇ ਆ ਕਿ ਮੌਕੇ 'ਤੇ ਮੀ ਚੀਜ਼ ਮਿਲ ਜੇ ਉਹੀ ਹਥਿਆਰ ਬਣਾ ਲਿਆ ਜੀ। ਉਹ ਰੋਰਿਆਂ ਦੇ ਨਾਲ ਜਾਂ ਕੁਛ ਕਹਿੰਦੇ ਆ ਕਿ ਲਾਸ਼ਾਂ ਜਿਹੀਆਂ ਹੁੰਦੀਆਂ, ਡੰਡੇ ਨੂੰ ਸੁੱਟੀਆਂ ਹੁੰਦੀਆਂ, ਉੱਥੇ ਮੇਖਾਂ ਕੱਢੀਆਂ ਹੋਈਆਂ ਸੀਗੀਆਂ ਜੀ ਜੀ। ਨਾਲ ਇਹ ਵੀ ਕਿਹਾ ਗਿਆ ਭਾਰਤ ਵੱਲੋਂ ਕਿ ਚਾਈਨਾ ਦੇ ਵੀ 45 ਜਿਹੜੇ ਫੌਜੀ ਹੈਗੇ ਉਹ ਵੀ ਸ਼ਹੀਦ ਹੋਏ ਆ ਜੀ ਜੀ, ਪਰ ਚਾਈਨਾ ਨੇ ਹਜੇ ਤੱਕ ਇਹਦੀ ਕੋਈ ਪੁਸ਼ਟੀ ਨਹੀਂ ਕੀਤੀ ਜੀ। ਇਹ ਬਹੁਤ ਮੰਦਭਾਗੀ ਘਟਨਾ ਹੋਈ ਹੈ, ਅਤੇ ਇਹਦੇ ਵਿੱਚ 4 ਜਿਹੜੇ ਬੰਦਿਆਂ ਨਾਲ ਤੁਸੀਂ ਦੱਸੋ ਜੀ ਜੀ ਜੀ, ਜਿਹੜੇ ਸ਼ਹੀਦ ਹੋਏ ਆ ਆਪਣੇ ਪੰਜਾਬ ਦੇ, ਜਿਨ੍ਹਾਂ ਦੇ ਵਿੱਚ ਨਾਇਬ ਸੂਬੇਦਾਰ ਸਤਨਾਮ ਸਿੰਘ ਜੋ ਕਿ ਗੁਰਦਾਸਪੁਰ ਦੇ ਹਨ, ਅਤੇ ਦੂਜੇ ਹੈਗੇ ਮਨਦੀਪ ਸਿੰਘ ਜੀ ਪਟਿਆਲਾ ਜੋ ਸ਼ਹੀਦ ਹੋਏ ਆ। ਕੱਲ੍ਹ ਨੂੰ ਦੋਨਾਂ ਸ਼ਹੀਦਾਂ ਦਾ ਜਿਹੜਾ ਵੀਰਵਾਰ ਨੂੰ ਜਿਹੜਾ ਸਰਕਾਰੀ ਸਨਮਾਨਾਂ ਦੇ ਨਾਲ ਸੰਸਕਾਰ ਕਰ ਦਿੱਤਾ ਗਿਆ। ਅਤੇ ਦੂਜੇ ਜਿਹੜੇ ਦੋ ਸ਼ਹੀਦ ਹੋਏ ਆ ਪੰਜਾਬ ਦੇ, ਗੁਰਤੇਜ ਸਿੰਘ ਜਿਹੜੇ ਮਾਨਸਾ ਤੋਂ ਨੇ, ਅਤੇ ਦੂਜੇ ਹੈਗੇ ਨੇ ਗੁਰਵਿੰਦਰ ਸਿੰਘ ਸੰਗਰੂਰ ਤੋਂ, ਜਿਨ੍ਹਾਂ ਨੂੰ ਅੱਜ ਜਿਹੜਾ ਅੰਤਿਮ ਸੰਸਕਾਰ ਉਹਨਾਂ ਦੇ ਉੱਥੇ ਪਿੰਡ ਵਿੱਚ ਹੀ ਕੀਤਾ ਜਾਵੇਗਾ। ਇਹਨਾਂ ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਅੱਜ ਜਿਹੜਾ ਉਹਨਾਂ ਦੇ ਜੱਦੀ ਪਿੰਡ ਵਿੱਚ ਹੀ ਕੀਤਾ ਜਾਵੇਗਾ। 4 ਸੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਵੀ ਇੱਕ ਬਿਆਨ ਆਇਆ ਜੀ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ, ਖਾਸ ਤੌਰ 'ਤੇ ਉਹਨਾਂ ਨੇ ਭਾਰਤ ਸਰਕਾਰ ਨੂੰ ਇਹ ਗੱਲ ਕਹੀ ਕਿ ਹੁਣ ਚੁੱਪ ਕਰਨ ਦਾ ਵੇਲਾ ਨਹੀਂ ਹੈਗਾ ਜੀ। ਕਹਿੰਦੇ ਕਿ ਮੈਂ ਇੱਕ ਰਾਜਨੀਤਿਕ ਤੌਰ 'ਤੇ ਨਾ ਇੱਕ ਸਾਬਕਾ ਫੌਜੀ ਹੋਣ ਦੇ ਨਾਤੇ ਇਹ ਗੱਲ ਕਹਿੰਦਾ ਕਿ ਜਿੰਨਾ ਚਿਰ ਆਪਾਂ ਚੁੱਪ ਰਵਾਂਗੇ ਇਹਨਾਂ ਨੇ ਨਹੀਂ ਹਟਣਾ ਜੀ ਜੀ ਜੀ। ਗੱਲ ਵੀ ਕੋਈ ਹੱਦ ਤੱਕ ਠੀਕ ਆ ਜੀ, ਵਾਰ ਵਾਰ ਚੀਨ ਨੇ ਪਹਿਲਾਂ ਵੀ ਆਪਣਾ ਕਾਫੀ 1000 ਕਿਲੋਮੀਟਰ ਦਾ ਏਰੀਆ ਦੱਬਿਆ ਹੋਇਆ ਜੀ, ਜਿਹੜਾ ਗੌਰਮੈਂਟ ਨਹੀਂ ਛਡਾ ਸਕੀਗੀ ਹਜੇ ਤੱਕ, ਹੁਣ ਦੁਬਾਰਾ ਫਿਰ ਦੱਬਣ ਦੀ ਕੋਸ਼ਿਸ਼ ਕਰ ਰਹੇ ਨੇ। ਕੁਝ ਮੀਡੀਆ ਵਿੱਚ ਆਇਆ ਕਿ ਲੱਦਾਖ ਅਸੀਂ 1 ਮਹੀਨੇ 'ਚ ਕਬਜ਼ਾ ਕਰ ਲਾਂਗੇ, ਉਹਨਾਂ ਦੇ ਜੋ ਸੋਸ਼ਲ ਮੀਡੀਆ 'ਤੇ ਕਿਸੇ ਨੇ ਪਾਇਆ ਹੋਇਆ ਜੀ ਜੀ। ਇਸ ਤਰ੍ਹਾਂ ਦੀਆਂ ਖਬਰਾਂ ਕਾਫੀ ਆ ਰਹੀਆਂ ਨੇ ਜੋ ਕਿ ਇੱਕ ਮੰਦਭਾਗੀ ਖਬਰਾਂ ਨੇ ਜੀ। ਦੂਜੀ ਗੱਲ ਇਹ ਹੈ, ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈਗੀ ਜੀ। ਇਸ ਵਾਰ ਜੇ ਜੰਗ ਬਾਏ ਚਾਂਸ ਲੱਗਦੀ ਹੈ ਤੇ ਕੱਲੇ ਇੰਡੀਆ ਤੇ ਚਾਈਨਾ ਦੀ ਨਹੀਂ ਹੋਵੇਗੀ ਇਹ ਜੀ, ਇਹ ਤੀਜਾ ਸੰਸਾਰ ਯੁੱਧ ਹੋਵੇਗਾ ਜੀ ਜੀ, ਤੀਜਾ ਵਿਸ਼ਵ ਥਰਡ ਵਰਲਡ ਵਾਰ ਹੋਵੇਗਾ ਜੀ। ਕਿਉਂਕਿ ਐਕਚੁਅਲੀ ਪ੍ਰੋਬਲਮ ਇਹ ਆ ਚੁੱਕੀ ਹੈ ਕਿ ਬਹੁਤ ਸਾਰੇ ਜੋ ਦੇਸ਼ ਨੇ, ਕੰਟਰੀਜ਼ ਨੇ, ਉਹ ਚਾਈਨਾ ਦੇ ਖਿਲਾਫ਼ ਬੋਲ ਰਹੀਆਂ ਨੇ ਇਸ ਟਾਈਮ ਜੀ। ਇਸ ਤੋਂ ਪਹਿਲਾਂ ਇੱਕ ਤੁਹਾਨੂੰ ਹੋਰ ਖਬਰ ਦੱਸਦਾ ਜੀ, ਚਾਈਨਾ ਕਿਹਾ ਜਾ ਰਿਹਾ ਕਿ ਯਾਨੀ ਕਿ ਸੁਰਖੀਆਂ 'ਚ ਆ ਰਿਹਾ ਕਿ ਚਾਈਨਾ ਨੇ ਆਸਟ੍ਰੇਲੀਆ ਉੱਪਰ ਇੱਕ ਸਾਈਬਰ ਅਟੈਕ ਕੀਤਾ ਜੀ। ਬਿਲਕੁਲ, ਵੀ ਇੱਕ ਖਬਰ 'ਤੇ ਵਿੱਚ ਆਪਾਂ ਚਰਚਾ ਕਰਨੀ ਸੀ, ਆਸਟ੍ਰੇਲੀਆ ਨੇ ਚੀਨ 'ਤੇ ਜਿਹੜਾ ਚੀਨ ਆਸਟ੍ਰੇਲੀਆ 'ਤੇ ਚੀਨ 'ਤੇ ਹਮਲਾ ਕੀਤਾ, ਇਹਦੀ ਵੀ ਪੂਰੀ ਜਾਣਕਾਰੀ ਜਿਹੜੀ ਇਹ 'ਚ ਇਹ ਆ ਕਿ ਸਾਈਬਰ ਅਟੈਕ ਹੋਇਆ ਜੀ। ਸ਼ੱਕ ਇਹ ਹੈ ਕਿ ਚਾਈਨਾ ਨੇ ਆਸਟ੍ਰੇਲੀਆ ਦੇ ਇੱਕ ਸਾਈਬਰ ਅਟੈਕ ਕੀਤਾ, ਜਿਹਦੇ ਵਿੱਚ ਜਿਹੜੀਆਂ ਹੋਈਆਂ ਨੇ ਪ੍ਰਭਾਵਿਤ ਹੋਈਆਂ ਨੇ, ਉਹਦੇ ਵਿੱਚ ਨੇ ਜੀ ਸਰਕਾਰ, ਉਦਯੋਗ, ਸਿਆਸੀ ਸੰਗਠਨ, ਸਿੱਖਿਆ ਅਤੇ ਸਿਹਤ ਜੀ, ਅਤੇ ਜ਼ਰੂਰੀ ਸੇਵਾਵਾਂ ਜੋ ਹੁੰਦੀਆਂ ਨੇ ਉਹ ਪ੍ਰਭਾਵਿਤ ਹੋਈਆਂ ਨੇ। ਹਾਲਾਂਕਿ ਇਸ ਯਾਨੀ ਕਿ ਜੋ PM ਨੇ ਸਕੌਟ ਮੋਰਿਸਨ ਨੇ ਇਹ ਗੱਲ ਕਹੀ ਹੈ, ਕਿਸੇ ਦੇਸ਼ ਦਾ ਨਾਮ ਲੈਂਦੇ ਹੋਏ ਇਹ ਨਾਂ ਲੈਣ ਤੋਂ ਇਨਕਾਰ ਕੀਤਾ ਹੈ ਕਿ ਉਹ ਕਹਿੰਦਾ ਕਿ ਜਾਂਚ ਵਿੱਚ ਕੋਈ ਡਾਟਾ ਚੋਰੀ ਨਹੀਂ ਹੋਇਆ ਹਜੇ ਤੱਕ। ਹਾਲਾਂਕਿ ਮੋਰਿਸਨ ਨੇ ਇਹ ਵੀ ਕਿਹਾ ਕਿ ਸਾਨੂੰ ਪਤਾ ਹਮਲਾ ਕਿਹਨੇ ਕੀਤਾ, ਸਰਕਾਰ ਇਹਦੇ ਪ੍ਰਤੀ ਸੁਚੇਤ ਹੈਗੀ ਹੈ। ਉਹਨਾਂ ਨੇ ਇਹ ਵੀ ਕਿਹਾ ਸਰਕਾਰ ਦੀਆਂ ਅਤੇ ਕਰੀਬੀ ਸਹਿਯੋਗੀ ਨੇ ਅਤੇ ਸਾਂਝੇ ਨਾਲ ਮਿਲ ਕੇ ਇਸ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਝਟਕਾ ਬਹੁਤ ਵੱਡਾ ਲੱਗਿਆ, ਛੋਟਾ ਮੋਟਾ ਝਟਕਾ ਹੁੰਦਾ ਤਾਂ ਇੰਨੀ ਖਬਰ ਜੱਗ ਜਾਹਰ ਨਹੀਂ ਹੋਣੀ ਸੀਗੀ ਜੀ ਜੀ। ਬਹੁਤ ਵੱਡਾ ਹੈਗਾ, ਚਾਈਨਾ ਨੇ ਹਮਲਾ ਕੀਤਾ, ਇਹ ਯਾਨੀ ਕਿ
खास सूत्रों वालों दसया जा रहा है। उस तो बाद अमेरिका अमेरिका का बयान आया अज कहिंदे कोविड 19 दे विच कारणां दे विच चाइना आपदे आप नूं साबित करन दी कोशिश करता पिया जी। वो कहिंदे किवें बाकी जो सवाल किते पत्रकार ने कहिंदे देखो जी इन्हां ने पंगा देखो कि ताइवान जापान भारत विरुद्ध पंगे लै रहा जिहड़ा समुंदर हैगा समुंदर ते आपदी गश्त वधा रहा आपदे यानी कि दावेदारी सोकदा पिया है ठीक है। वियतनाम दे विच हाहाकार मची हुई है होंगकोंग विच इन्हें आपदा दावा पेश करता तो यह जो है ना यानी कि फायदा चुकना जा रहा जी। इतने तुम्हें एक गल होर दसनी चाहवा दोस्तों कुछ महीने पहला शायद मैं ही यह गल कही थी कि हो सकता कि चाइना ने वायरस ना फैलाया हो किसी गलती ना या वैसे फैल गया बट होने वाले देख के नतीजे देख के लगता पाया कि सारा कर्ज तो नहीं है ही चाइना की है जी जी बिल्कुल। क्योंकि एक शहर जिथे ये वायरस फैलिया चाइना फैलिया 90,000 तो ज़्यादा उत्थे यानी कि प्रभावित हुए थे 90,000-83,000 हुए थे उदू वधे नहीं गए जी। उस तो बाद अमेरिका लखा दे पहुँच गया भारत लखा यानी कि हुण जिहड़ा चाइना 20वें स्थान पर आ कितने पहले तो सीगा कुछ हद तक लगता शक पैदा हुंदा बहुत सारे देशों ने यानी कि जिवें आस्ट्रेलिया भी उन्होंने एक हैगा जिन्होंने ये गल कही सी कि यह जो है ये जांच होनी चाहिए निरपक्ष जांच होनी चाहिए अमेरिका ने भी कही सी तो उस तो बाद चाइना ने जी आस्ट्रेलिया के नाल बहुत सारे समझौते रद्द करते सी जी काफ़ी ज़्यादा यानी कि संधियां ला दी सी तो रिस्ट्रिक्शन लाती सी जी। हुण ये भी लगता पाया कि हमला हो सकता चाइना ने करवाया जां कीता इस दे कारण कि पूरा हजे प्रॉपर नहीं समझ आ रही की हो रहा की नहीं पर इन्ना क लगता पाया कि चाइना आपदे आप नूं एक वड्डी शक्ति दिखाउण दी कोशिश करता पाया। हुण होया की है अमेरिका ने कहता सीधा कि साडी निगाह पूरी हैगी आ भारत ते चाइना दे जो मामला हैगा ते पूरी निगाह ट्रंप साहब पूरी ते ध्यान नाल निगाह रख रहे हैं जी जी। एक ना संस्था होर उत्तरी अटलांटिक संघी संगठन आ जिन्हों नाटो कहा जाता है जी उन्होंने रडार से आ गया है नाटो के रडार से चाइना लाने एक बहुत वड्डी गल आ जी। उहदे आ गया कि हो सकता कि चाइना के उत्ते काफ़ी सारिया पाबंदियां लाउण होने जी ये संगठन काफ़ी वड्डा है तो इस तो बाद जी गल हो रही है हम चाइना के चाइना के भी काफ़ी ज़्यादा विड्रोल हो रहा है जिनपिंग का जी जी मीनस जिमें अपने इंडिया आप कह रहे किसी पीएम का विड्रोल उ चाइना के हो रहा है हो सकता कि आपके देश के वासियों का जरा ध्यान भटकाने लिए काम कर रहा हो बिल्कुल जी बिल्कुल। ये चीन जिहड़ा पहले दिन तो ही भारत के नाल साजिश चलता आ रहा जिसके तहत इन्होंने जिहड़े अपने शहीद हो जवान उन्होंने हमला करवाया हाँ हाँ जिहड़े भारत वाले पास तो जिहड़े पिंड ने खाली करवा ले गए जी तो तैनात फौज की सारे पास हो चुकी है जी जी। गलवान घाटी खास करके जो भी लोड़ी का समान उत्थे पहुँचाया जा रहा जी जी। तो नाल दी नाल एक रेलवे कंपनी वालों यानी कि रेलवे के वालों चीन की कंपनी बीजिंग कंपनी है जिहदे यानी कि जिहदा नाम हैगा बीजिंग नैशनल सिग्नल एंड कम्यूनीकेशन तो 471 करोड़ का एक करार से रद्द करता 16 के करार होया 417 किलोमीटर कानपुर तो मुगल सराय तक यानी कि जी सी कम्यूनीकेशन का काम से करना सीना टेलीकम्यूनीकेशन का पर यह जो लास्ट डेट सी 19 सी 19 तक कंप्लीट नहीं हो हमने जरा करार रद्द कर दिता गया जी। मनप्रीत जी तो दूजी खबर जी मनप्रीत जी असं गल कर रहे हैं पंजाब लॉकडाउन सख्त करने की तैयारी जी राज सरकार पंजाब सरकार कर रही है 1 जुलाई तो जोड़ा है लॉकडाउन के वाधा कर सकती है पंजाब सरकार तुहानू दस दिए कि पंजाब कोरोना के वाधे केस मामलों को मद्देनज़र रखते राज सरकार तालाबंदी पाबंदियां लगाने की तैयारी कर रही है। दसा जा रहा कि पंजाब 43,000 तो उपर लोग जोड़े बाहरले सूबे तो आए हैं जिन्हां करके कोरोना के मामले वधते जा रहे हैं इस कारण मुख रखते हुए 1 जुलाई तो नवी जी निजमां की निजम पंजाब सरकार वालों बनाए जा रहे हैं सिर्फ उही लोग बाहर निकलणगे जो नौकरी करते हैं नौकरी पेशे लिए घर तो बाहर जाते हैं वो लोग घर तो बाहर जा सकणगे स्कूलों कॉलेजों के बच्चे जिहड़े आ वो घर तो बाहर नहीं निकल सकणगे जी। ये हाँ जी बहुत वड्डी गल आ जी। तीजी जी इन्होंने 1 जुलाई तो जी पाबंदी दस्या है वो लाई हैगी बाजार के सिर्फ परिवार का एक मैंबर ही बाजार लई खरीददारी जो घर के घरेलू जरूरत मंद जरूरत समान लई एक मैंबर ही घर तो खरीददारी कर सकता है। तो टोटल पंजाब सरकार अपने कैप्टन अमरिंदर सिंह जी ने कहा कि चाहे कि सरकार जुर्माने की वड्डी रकम अदा कर रही है पर उन्हां नूं जुर्माने नालों लोगों की जान की वधेरे
फिक्रमंद है सरकार, इसलिए जी 1 जुलाई तो नवी तालाबंदी की योजनाबंदी कर दी गई है। तो आने वाली 1 जुलाई तो बाद जोड़ा है दर्शकों इतने मनप्रीत जी असं एक गल होर दसन जा रहे नवी जी ब्रेकिंग न्यूज हूँ जी सामने आई आ कि चीनी फौज वालों 10 भारतीय जवानों जोड़ा अपनी हिरासत लै लिया गया जिन्हों 3 दिन की पूछगिछ तो बाद अज चीन वालों जोड़े 2 मेजर भी दसे जा रहे हैं तो 10 जवानों जोड़ा अज रिहा कर दिता गया भारतीय जवानों। इतने की तुम दसना बनता कि मनप्रीत जी जिते अपने बयान आ रहे सन कि साडा कोई भी जवान जो होर शहीद नहीं होया साडे जवान भी जिहड़े हैगे शहीद होए सी जिन्हां विचों 4 भारतीय हन पर आ 10 जिहड़े उत्थे उन्होंने बंदी बनाए सन इन्हां दी कोई खबर ही नहीं आई सी। ये जी बहुत मंदभागी घटना हैगी है जी जिहड़े सियासतदान हैगे प्रोपर जानकारी आउण नहीं दिंदे हैगे जी जी चीन दे बॉर्डर ते कुछ भी हुंदा लोकां तक पहुंचदा ही नहीं पहुंचदा नहीं उत्थे की होया किन्ने शहीद होए आ अपने किन्ने उधर उन्होंने बंदी बना ले जां अपने ने किन्ने बंदी बना ले इहदे बारे कुछ भी पता नहीं लगदा नहीं लगदा जिस तरह की हुण 10 जवान उन्होंने जिहड़े रिहा कीते आ एजेंसियां ने कहा जी सरकार नूं टिकटॉक ते जूम दे सने 52 ऐप नूं ब्लॉक कर दिता जावे कहिंदे सिफारिश कीती आ जां तां कहिंदे दी वरतों ना करो जां नूं ब्लॉक करो इहदे विच कहिंदे आ टिकटॉक आ तुहानूं ऐप दे नां दसदा जी किहड़े किहड़े ऐप आ ध्यान नाल सुणो टिकटॉक वाइल्ड हाइड जी वीगो वीडियो बिंगो वीडियो वीबियो वीचैट शेयर चैट यूसी न्यू यूसी ब्राउजर ब्यूटी प्लस एक्जेंडर क्लब फैक्ट्री हैलो लाइक कवाई रूमी शेरिन न्यूज डॉग फोटो वंडर ए प्लस ब्राउजर वीवो वीडियो जी परफेक्ट कॉर्प सी एम ब्राउजर वायरस क्लीनर एम आई कम्युनिटी डी यू रिकॉर्डर यू कैम मेकअप एम आई स्टोर 360 सिक्योरिटी डी यू जिन्ना भी ऐप्स ने जी जी क्लीन मास्टर कैशे क्लीन बेंडू बेंडू मैप वंडर कैमरा ईएस फाइल एक्सप्लोर क्यू क्यू दिन जिन्नी ऐप्स ने सारिया जी जी वी सिंक्रोनाइज सिंक्रोनाइज सेल्फी सिटी क्लैश ऑफ किंग्स मेल मास्टर एम आई वीडियो कॉल तो पैरल स्पेस इस सारे ऐप्स में कहा गया सिफारिश की गई है कि इन्हों की ऐप के इन ऐप्स के नाल निगरानी रखी जा सकती है जसूसी हो सकती है इन डाटा जो चाइना को जा रहा है। किन्ने ऐप तुसी टोटल दस 52 ऐप्स ने टोटल 52 ऐप जिहड़े असी कोशिश करांगे इस ऐप नूं प्रॉपर लिस्ट विच बना के डिस्क्रिप्शन च दे दिए जी जी बिल्कुल जी बिल्कुल। मनप्रीत जी पंजाब सरकार वालों एक होर हैगा जिहड़ी खबर सामने आई है पंजाब सरकारी स्कूलों में फीसा नूं लैके वादा कर दिता गया है जिथे कि पंजाब सिक्ख्या बोर्ड वालों ऐसे स्कूलों की आत्मक साल 2020-21 लई कंटीन्यूशन फीस जमा कराउण दीआं मितियां विच वाधा कर दिता गया। तुसीं बोर्ड की वैबसाइट www.pseb.ac.in ते जाके भी 12 जून तक अपलोड कर दिते जा कर सकते हो बिना वादे तो तुसीं इस फीस की जिहड़ी अदायगी कर सकते हो 30 जून तक 2020 तक पा सकते हो जुलाई तक जिहड़ा हैगा जून तो लैके 31 जुलाई तक वाधा कर दिता गया जी बिना जो लेट फीस तो बहुत गलत गल है जी सरकारी स्कूलों के बच्चे आ रहे थे हम वाधा करना एक मदभागी करना है सरकार मैनू ये भी सुन पता लगे कि सरकार सरकारी जमीन भी वेच रही जा रही है जिसे कि खास करके बठिंडे थर्मल प्लान की जमीन से ना पहले उन्होंने कलोनिया कटिया गई हम कलोनिया कट के जी वेचन जा रही है जी घाटा पूरा कर ले जी चलो सरकार ने काम की कर सकते हैं जी। मनप्रीत जी आप जो गल करिए अपडेट की पंजाब से पंजाब की पूरी दुनिया की की अपडेट है जी अपडेट उ जी बहुत ज़्यादा वाधे पे ने 85,86,574 केस हो गए ने जी जी रिकवर हुए ने 45,35,951 जी तो 456,000 तो 468 ने जो लोग डैथ हो चुकी उन्होंने जी 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 क्रिटिकल ने 55,000 के करीब जी कल एक्टिव के दसांगे हूँ असी एक्टिव दसी है यूएसए एक्टिव कहते 12,11,985 ब्राजील 4,15,130 रशिया 2,39,468 इंडिया 1,63,697 एक्टिव केस ने यूके स्पेन ने दसिया नहीं गा पीरो ने केस 1,05,737 इटली 23,101 केस आ चाइना जो चाइल है 34,821 केस ने ईरान जो केस ने 31,384 केस ने जी केस ने जी चाइना 1वें नंबर पर पहुँच गया कल आप हमने थोड़ी देर पहले 20 की गल की थी जी इंडिया आप झाती मार्केट इंडिया जे केस ने 3,81,537 ने टोटल केस आए ने हूँ तक एक्टिव केस ने 1,63,643 2,05,242 केस रिकवर हो चुके हैं 12,606 लोगों की डैथ हो चुकी है जी महाराष्ट्र में जो एक्टिव केस ने जी
53,902, तमिलनाडु 23,068 केस, दिल्ली 26,669, गुजरात 6,239, यूपी 5,59, राजस्थान 2,777, वैसट बंगाल 5,216, मध्य प्रदेश 2,308, हरियाणा 4,528, अनजाइंड 9,927, कर्नाटक 2,844, आंध्र प्रदेश 3,632, बिहार 2,035 केस ने, तेलंगाना 2,531 केस ने, 2,340 ने जम्मू कश्मीर, असाम च ने 2,043 केस ने, उड़ीसा 1,519, पंजाब 962 एक्टिव केस ने, केरला 1,358 एक्टिव केस ने, उत्तराखंड 673 एक्टिव केस ने, छत्तीसगढ़ 435 एक्टिव केस ने, झारखंड 710 एक्टिव केस ने, त्रिपुरा 514, गोवा एक्टिव केस ने जो है जी 596, लद्दाख 991, मणिपुर 407, हिमाचल प्रदेश केस ने 204, चंडीगढ़ 62 एक्टिव केस ने जी, पौडुचेरी 149, नागालैंड 99, मिजोरम 129, अरुणाचल प्रदेश 92, सिक्किम 65, दारानगर 46, अंडमान निकोबार 10, मेघालय टोटल केस ने 10। ये हैगी सी जी इंडिया की जानकारी। हुण आपां जी जे गल करिए आपां पंजाब दे जिहड़े विच केस आ दिन बाय दिन भी वधदे जा रहे ने, पंजाब दे की हालात ने जी? पंजाब च एक्टिव केस ने जिहड़े अमृतसर च 219, लुधियाने च 282, जलंधर च 96, पटियाले च 60, एस एस नगर मोहाली च 57, तरनतारन च 14, गुरदासपुर च 17, ਸੰਗਰੂਰ 'ਚ 50, ਪਠਾਨਕੋਟ 49, ਹੁਸ਼ਿਆਰਪੁਰ 'ਚ 15, ਸ਼ਹੀਦ ਭਗਤ ਸਿੰਘ 'ਚ 11, ਫਰੀਦਕੋਟ 'ਚ 16, ਫਤਿਹਗੜ੍ਹ ਸਾਹਿਬ 'ਚ 11, ਰੂਪਨਗਰ 'ਚ 13, ਮੋਗੇ 'ਚ 4, ਸ਼੍ਰੀ ਮੁਕਤਸਰ ਸਾਹਿਬ 'ਚ 2, ਬਠਿੰਡਾ 'ਚ 6, ਫਿਰੋਜ਼ਪੁਰ 'ਚ 11, ਫਾਜ਼ਿਲਕਾ 'ਚ 6, ਕਪੂਰਥਲਾ 'ਚ 5, ਬਰਨਾਲੇ 'ਚ 14 ਅਤੇ ਮਾਨਸੇ ਦੇ ਵਿੱਚ 4 ਐਕਟਿਵ ਕੇਸ ਨੇ ਜੀ। ਚੋਰਲ ਡੈਥ ਹੋ ਚੁੱਕੀ ਹੈ ਜੀ, ਪੰਜਾਬ ਡੈਥ ਰੇਟ ਪਹੁੰਚ ਚੁੱਕਿਆ ਹੈਗਾ 83 ਜੀ। ਜੀ ਜੀ ਮਨਪ੍ਰੀਤ ਜੀ, ਦਰਸ਼ਕੋ ਇਹ ਸੀ ਪੂਰੀ ਦੁਨੀਆ ਦੀ ਅਪਡੇਟ ਅਤੇ ਪੰਜਾਬ ਦੀ ਅਪਡੇਟ ਵੀ ਮਨਪ੍ਰੀਤ ਜੀ ਨੇ ਤੁਹਾਨੂੰ ਦੱਸ ਦਿੱਤੀ ਹੈ ਕਿ ਮਾਮਲੇ ਜਿਹੜੇ ਦਿਨ ਬੇ ਦਿਨ ਵੱਧਦੇ ਜਾ ਰਹੇ ਹਨ। ਇਸੇ ਕਰਕੇ 1 ਜੁਲਾਈ ਤੋਂ ਜਿਹੜੇ ਪੰਜਾਬ ਸਰਕਾਰ ਵੱਲੋਂ ਵੀ ਜਿਹੜੀਆਂ ਮਨਪ੍ਰੀਤ ਜੀ ਹਦਾਇਤਾਂ ਲੋਕਡਾਊਨ ਦੀਆਂ ਉਹ ਜਾਰੀ ਕਰ ਦਿੱਤੀਆਂ ਜਾਣਗੀਆਂ ਅਤੇ ਲੋਕਡਾਊਨ ਵਧਾ ਦਿੱਤਾ ਜਾਏਗਾ। ਜਿਹੜੀ ਹੁਣ ਦੀ ਖਬਰ ਆਈ ਹੈ ਮਨਪ੍ਰੀਤ ਜੀ, ਜਿਹੜੀ ਸਾਬਕਾ ਫੌਜ ਦੇ ਮੁਖੀ ਦਾ ਬਿਆਨ ਆਇਆ ਕਿ ਫੌਜੀਆਂ ਦਾ ਖੂਨ ਦੇਖਿਆ, ਜੇ ਜੰਗ ਹੋਈ ਤਾਂ ਚੀਨ ਰੋਵੇਗਾ, ਜਿਹੜਾ ਸਾਬਕਾ ਜਿਹੜੇ ਆਪਣੇ ਮੁਖੀ ਸੀ। ਪਤਾ ਜੀ ਪਹਿਲਾਂ ਵਾਲੇ ਭਾਰਤ ਅਤੇ ਹੁਣ ਵਾਲੇ ਭਾਰਤ ਵਿੱਚ ਬਹੁਤ ਫਰਕ ਹੈ, ਬਹੁਤ ਬਹੁਤ। ਫੌਜ ਦੇ ਮੁਖੀ ਜਿਹੜੇ ਸਾਬਕਾ ਸਨ ਬਿਕਰਮਜੀਤ ਸਿੰਘ, ਜੋ ਕਿ ਸਿੱਖ ਭਾਈਚਾਰੇ ਨਾਲ ਸੰਬੰਧਿਤ ਹਨ, ਉਹਨਾਂ ਨੇ ਕਿਹਾ ਕਿ ਜੇਕਰ ਨੌਬਤ ਆਈ ਤਾਂ ਚੀਨ ਰੋਵੇਗਾ। ਭਾਰਤ ਦੇ ਜਿਹੜੇ ਸੈਨਿਕ ਆ, ਉਹਨਾਂ ਦੀ ਟ੍ਰੇਨਿੰਗ ਇੰਨੀ ਕੁ ਜ਼ਬਰਦਸਤ ਆ ਕਿ ਉਹਨਾਂ ਜੇਕਰ ਉਹਨਾਂ ਦਾ ਮਸਲਾ ਉਹਨਾਂ ਦਾ ਜਿਹੜਾ ਗੱਲਬਾਤ ਦੇ ਨਾਲ ਹੀ ਤੈਅ ਹੁੰਦਾ ਤਾਂ ਬਹੁਤ ਵਧੀਆ, ਜੇਕਰ ਇਹ ਨਾ ਹੋਇਆ ਤਾਂ ਭਾਰਤ ਨੂੰ ਚੀਨ ਨੂੰ ਬਹੁਤ ਹੀ ਜ਼ਿਆਦਾ ਇਸਦਾ ਨੁਕਸਾਨ ਤਾਂ ਸਾਰਿਆਂ ਨੂੰ ਹੋਣਾ ਜੀ, ਚੀਨ ਨੂੰ ਇਹਨਾਂ ਨੇ ਇੰਡੀਆ ਨੇ ਵੀ ਹੋਣਾ ਜੀ ਮੰਤਰੀ। ਪਰ ਜੋ ਚੀਨ ਹਰਕਤਾਂ ਕਰਦਾ ਪਿਆ, ਇਸ ਵਾਰ ਚੁੱਪ ਰਹਿਣ ਵਾਲੀਆਂ ਹੈ ਨਹੀਂ ਗੀਆਂ। ਜੀ ਜੀ ਬਿਲਕੁਲ, ਇਹਦਾ ਜਵਾਬ ਦੇਣਾ ਚਾਹੀਦਾ ਮਨਪ੍ਰੀਤ ਜੀ। ਅਸੀਂ ਅੱਜ ਦੇ ਜਿਹੜੇ ਖਬਰਾਂ ਦੀ ਚਰਚਾ ਦੇ ਮੁੱਦੇ ਦਾ ਜਿਹੜਾ ਸਾਡਾ ਸਮਾਂ ਪੂਰਾ ਹੋ ਗਿਆ ਜੀ, ਅਤੇ ਫਿਰ ਆਪਾਂ ਦਰਸ਼ਕਾਂ ਤੋਂ ਇਜਾਜ਼ਤ ਲੈ ਲੈਂਦੇ ਹਾਂ। ਦਰਸ਼ਕੋ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਹੋ ਅਤੇ ਇਸੇ ਤਾਂ ਹੀ ਜੁੜੇ ਰਿਹਾ ਜੋ, ਕਿਉਂਕਿ ਅਸੀਂ ਤਾਜ਼ੀਆਂ ਅਤੇ ਨਵੀਆਂ ਨਵੀਆਂ ਖਬਰਾਂ ਤੁਹਾਡੇ ਨਾਲ ਰੂਬਰੂ ਕਰਦੇ ਰਹਾਂਗੇ। ਹੁਣ ਸਾਡਾ ਜਿਹੜਾ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਤਦ ਤੱਕ ਲਈ ਹੁਣ ਸਾਨੂੰ ਦਿਓ ਆਗਿਆ। ਬਹੁਤ ਬਹੁਤ ਸੇਵਾ।